ਟ੍ਰਾਂਸਫਾਰਮ ਦੇ ਨਾਲ ਟਕਰਾਉਣ ਕਾਰਨ ਇੱਕ ਟਰੈਕਟਰ ਟਰਾਲੀ ਨੂੰ ਪੂਰੀ ਤਰ੍ਹਾਂ ਅੱਗ ਲਾ ਕੇ ਜਿਸ ਕਾਰਨ ਟਰੈਕਟਰ ਧੂੰ ਧੂੰ ਕਰਕੇ ਜਲ ਉੱਠਿਆ। ਟਰਾਲੀ ਦੇ ਵਿੱਚ ਤੂੜੀ ਭਰੀ ਹੋਈ ਸੀ ਜਿਸ ਕਾਰਨ ਅੱਗ ਦੇ ਭਾਂਬੜ ਮੱਚ ਉੱਠੇ। ਇਹ ਹਾਦਸਾ ਟਰੈਕਟਰ ਟਰਾਲੀ ਦੇ ਸੰਤੁਲਨ ਖਰਾਬ ਹੋਣ ਕਾਰਨ ਵਾਪਰਿਆ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਇਹ ਘਟਨਾ ਡੇਰਾ ਬਸੀ ਦੇ ਰੋਡ ਤੇ ਵਾਪਰੀ ਹੈ। ਗਨੀਮਤ ਇਹ ਰਹੀ ਕਿ ਟਰੈਕਟਰ ਚਾਲਕ ਨੇ ਮੌਕਾ ਰਹਿੰਦੇ ਟਰੈਕਟਰ ਤੋਂ ਕੁੱਦ ਕੇ ਆਪਣੀ ਜਾਨ ਬਚਾਈ, ਪਰ ਇਸ ਹਾਦਸੇ ਦੇ ਕਾਰਨ ਟ੍ਰੈਫਿਕ ਕਾਫੀ ਪ੍ਰਭਾਵਿਤ ਰਹੀ ਕਿਉਂਕਿ ਅੱਗ ਦਾ ਅਸਰ ਸਾਰੀ ਸੜਕ ਤੇ ਸੀ, ਜਿਸ ਕਾਰਨ ਕੋਈ ਵੀ ਵਾਹਨ ਕੋਲ ਦੀ ਨਹੀਂ ਜਾ ਸਕਿਆ ਤੇ ਮੁਹੱਲਾ ਵਾਸੀਆਂ ਨੂੰ ਵੀ ਲੰਮੇ ਕੱਟ ਦਾ ਸਾਹਮਣਾ ਕਰਨਾ ਪਿਆ। ਟ੍ਰਾਂਸਫਾਰਮ ਦੇ ਨਾਲ ਟਕਰਾਉਣ ਕਾਰਨ ਇੱਕ ਟਰੈਕਟਰ ਟਰਾਲੀ ਨੂੰ ਪੂਰੀ ਤਰ੍ਹਾਂ ਅੱਗ ਲਾ ਕੇ ਜਿਸ ਕਾਰਨ ਟਰੈਕਟਰ ਧੂੰ ਧੂੰ ਕਰਕੇ ਜਲ ਉੱਠਿਆ। ਟਰਾਲੀ ਦੇ ਵਿੱਚ ਤੂੜੀ ਭਰੀ ਹੋਈ ਸੀ ਜਿਸ ਕਾਰਨ ਅੱਗ ਦੇ ਭਾਂਬੜ ਮੱਚ ਉੱਠੇ। ਇਹ ਹਾਦਸਾ ਟਰੈਕਟਰ ਟਰਾਲੀ ਦੇ ਸੰਤੁਲਨ ਖਰਾਬ ਹੋਣ ਕਾਰਨ ਵਾਪਰਿਆ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਇਹ ਘਟਨਾ ਡੇਰਾ ਬਸੀ ਦੇ ਰੋਡ ਤੇ ਵਾਪਰੀ ਹੈ। ਗਨੀਮਤ ਇਹ ਰਹੀ ਕਿ ਟਰੈਕਟਰ ਚਾਲਕ ਨੇ ਮੌਕਾ ਰਹਿੰਦੇ ਟਰੈਕਟਰ ਤੋਂ ਕੁੱਦ ਕੇ ਆਪਣੀ ਜਾਨ ਬਚਾਈ, ਪਰ ਇਸ ਹਾਦਸੇ ਦੇ ਕਾਰਨ ਟ੍ਰੈਫਿਕ ਕਾਫੀ ਪ੍ਰਭਾਵਿਤ ਰਹੀ ਕਿਉਂਕਿ ਅੱਗ ਦਾ ਅਸਰ ਸਾਰੀ ਸੜਕ ਤੇ ਸੀ, ਜਿਸ ਕਾਰਨ ਕੋਈ ਵੀ ਵਾਹਨ ਕੋਲ ਦੀ ਨਹੀਂ ਜਾ ਸਕਿਆ ਤੇ ਮੁਹੱਲਾ ਵਾਸੀਆਂ ਨੂੰ ਵੀ ਲੰਮੇ ਕੱਟ ਦਾ ਸਾਹਮਣਾ ਕਰਨਾ ਪਿਆ। ਟ੍ਰਾਂਸਫਾਰਮ ਦੇ ਨਾਲ ਟਕਰਾਉਣ ਕਾਰਨ ਇੱਕ ਟਰੈਕਟਰ ਟਰਾਲੀ ਨੂੰ ਪੂਰੀ ਤਰ੍ਹਾਂ ਅੱਗ ਲਾ ਕੇ ਜਿਸ ਕਾਰਨ ਟਰੈਕਟਰ ਧੂੰ ਧੂੰ ਕਰਕੇ ਜਲ ਉੱਠਿਆ। ਟਰਾਲੀ ਦੇ ਵਿੱਚ ਤੂੜੀ ਭਰੀ ਹੋਈ ਸੀ ਜਿਸ ਕਾਰਨ ਅੱਗ ਦੇ ਭਾਂਬੜ ਮੱਚ ਉੱਠੇ। ਇਹ ਹਾਦਸਾ ਟਰੈਕਟਰ ਟਰਾਲੀ ਦੇ ਸੰਤੁਲਨ ਖਰਾਬ ਹੋਣ ਕਾਰਨ ਵਾਪਰਿਆ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਇਹ ਘਟਨਾ ਡੇਰਾ ਬਸੀ ਦੇ ਰੋਡ ਤੇ ਵਾਪਰੀ ਹੈ। ਗਨੀਮਤ ਇਹ ਰਹੀ ਕਿ ਟਰੈਕਟਰ ਚਾਲਕ ਨੇ ਮੌਕਾ ਰਹਿੰਦੇ ਟਰੈਕਟਰ ਤੋਂ ਕੁੱਦ ਕੇ ਆਪਣੀ ਜਾਨ ਬਚਾਈ, ਪਰ ਇਸ ਹਾਦਸੇ ਦੇ ਕਾਰਨ ਟ੍ਰੈਫਿਕ ਕਾਫੀ ਪ੍ਰਭਾਵਿਤ ਰਹੀ ਕਿਉਂਕਿ ਅੱਗ ਦਾ ਅਸਰ ਸਾਰੀ ਸੜਕ ਤੇ ਸੀ, ਜਿਸ ਕਾਰਨ ਕੋਈ ਵੀ ਵਾਹਨ ਕੋਲ ਦੀ ਨਹੀਂ ਜਾ ਸਕਿਆ ਤੇ ਮੁਹੱਲਾ ਵਾਸੀਆਂ ਨੂੰ ਵੀ ਲੰਮੇ ਕੱਟ ਦਾ ਸਾਹਮਣਾ ਕਰਨਾ ਪਿਆ। ਟ੍ਰਾਂਸਫਾਰਮ ਦੇ ਨਾਲ ਟਕਰਾਉਣ ਕਾਰਨ ਇੱਕ ਟਰੈਕਟਰ ਟਰਾਲੀ ਨੂੰ ਪੂਰੀ ਤਰ੍ਹਾਂ ਅੱਗ ਲਾ ਕੇ ਜਿਸ ਕਾਰਨ ਟਰੈਕਟਰ ਧੂੰ ਧੂੰ ਕਰਕੇ ਜਲ ਉੱਠਿਆ। ਟਰਾਲੀ ਦੇ ਵਿੱਚ ਤੂੜੀ ਭਰੀ ਹੋਈ ਸੀ ਜਿਸ ਕਾਰਨ ਅੱਗ ਦੇ ਭਾਂਬੜ ਮੱਚ ਉੱਠੇ। ਇਹ ਹਾਦਸਾ ਟਰੈਕਟਰ ਟਰਾਲੀ ਦੇ ਸੰਤੁਲਨ ਖਰਾਬ ਹੋਣ ਕਾਰਨ ਵਾਪਰਿਆ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਇਹ ਘਟਨਾ ਡੇਰਾ ਬਸੀ ਦੇ ਰੋਡ ਤੇ ਵਾਪਰੀ ਹੈ। ਗਨੀਮਤ ਇਹ ਰਹੀ ਕਿ ਟਰੈਕਟਰ ਚਾਲਕ ਨੇ ਮੌਕਾ ਰਹਿੰਦੇ ਟਰੈਕਟਰ ਤੋਂ ਕੁੱਦ ਕੇ ਆਪਣੀ ਜਾਨ ਬਚਾਈ, ਪਰ ਇਸ ਹਾਦਸੇ ਦੇ ਕਾਰਨ ਟ੍ਰੈਫਿਕ ਕਾਫੀ ਪ੍ਰਭਾਵਿਤ ਰਹੀ ਕਿਉਂਕਿ ਅੱਗ ਦਾ ਅਸਰ ਸਾਰੀ ਸੜਕ ਤੇ ਸੀ, ਜਿਸ ਕਾਰਨ ਕੋਈ ਵੀ ਵਾਹਨ ਕੋਲ ਦੀ ਨਹੀਂ ਜਾ ਸਕਿਆ ਤੇ ਮੁਹੱਲਾ ਵਾਸੀਆਂ ਨੂੰ ਵੀ ਲੰਮੇ ਕੱਟ ਦਾ ਸਾਹਮਣਾ ਕਰਨਾ ਪਿਆ। ਟ੍ਰਾਂਸਫਾਰਮ ਦੇ ਨਾਲ ਟਕਰਾਉਣ ਕਾਰਨ ਇੱਕ ਟਰੈਕਟਰ ਟਰਾਲੀ ਨੂੰ ਪੂਰੀ ਤਰ੍ਹਾਂ ਅੱਗ ਲਾ ਕੇ ਜਿਸ ਕਾਰਨ ਟਰੈਕਟਰ ਧੂੰ ਧੂੰ ਕਰਕੇ ਜਲ ਉੱਠਿਆ। ਟਰਾਲੀ ਦੇ ਵਿੱਚ ਤੂੜੀ ਭਰੀ ਹੋਈ ਸੀ ਜਿਸ ਕਾਰਨ ਅੱਗ ਦੇ ਭਾਂਬੜ ਮੱਚ ਉੱਠੇ। ਇਹ ਹਾਦਸਾ ਟਰੈਕਟਰ ਟਰਾਲੀ ਦੇ ਸੰਤੁਲਨ ਖਰਾਬ ਹੋਣ ਕਾਰਨ ਵਾਪਰਿਆ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਇਹ ਘਟਨਾ ਡੇਰਾ ਬਸੀ ਦੇ ਰੋਡ ਤੇ ਵਾਪਰੀ ਹੈ। ਗਨੀਮਤ ਇਹ ਰਹੀ ਕਿ ਟਰੈਕਟਰ ਚਾਲਕ ਨੇ ਮੌਕਾ ਰਹਿੰਦੇ ਟਰੈਕਟਰ ਤੋਂ ਕੁੱਦ ਕੇ ਆਪਣੀ ਜਾਨ ਬਚਾਈ, ਪਰ ਇਸ ਹਾਦਸੇ ਦੇ ਕਾਰਨ ਟ੍ਰੈਫਿਕ ਕਾਫੀ ਪ੍ਰਭਾਵਿਤ ਰਹੀ ਕਿਉਂਕਿ ਅੱਗ ਦਾ ਅਸਰ ਸਾਰੀ ਸੜਕ ਤੇ ਸੀ, ਜਿਸ ਕਾਰਨ ਕੋਈ ਵੀ ਵਾਹਨ ਕੋਲ ਦੀ ਨਹੀਂ ਜਾ ਸਕਿਆ ਤੇ ਮੁਹੱਲਾ ਵਾਸੀਆਂ ਨੂੰ ਵੀ ਲੰਮੇ ਕੱਟ ਦਾ ਸਾਹਮਣਾ ਕਰਨਾ ਪਿਆ।